ਲੰਬਰ ਸਾਹਿਬ ਪੁਲਿਸ ਸਾਡਾ ਜੀਜਾ ਲੱਗ ਰਿਹਾ ਅਤਿਆਚਾਰ ਸਾਡੇ ਤੇ ਬਹੁਤ ਜ਼ਿਆਦਾ ਕਰਦਾ ਸ਼ੁਰੂ ਤੋਂ ਲੈ ਕੇ ਉਹਦਾ ਇਹੀ ਕੰਮ ਕੁੜੀ ਮੇਰੀ ਭੈਣ 14 ਸਾਲ ਵਿਆਹ ਨੂੰ ਹੋ ਗਏ ਲੰਬਰ ਦੀ ਬੋਟੀ ਜੋਤ ਜਗਾਨ ਨਹੀਂ ਭਾਜੀ ਜਾ ਸਕਦੀ ਬਾਥਰੂਮਾਂ 'ਚ ਬੰਦੇ ਨੇ ਕੈਮਰੇ ਲਵਾਏ ਹੋਏ ਇਹ ਬੰਦੇ ਨੇ ਸਾਡਾ ਇੰਨਾ ਬੁਰਾ ਹਾਲ ਕੀਤਾ ਸਾਡੀ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਭਾਜੀ ਇਹਦੇ ਦੁੱਖਾਂ ਨਾਲ ਮੇਰੀ ਬੇਟੀ ਛੋਟੀ 15 ਸਾਲਾਂ ਦੀ ਬੱਚੇ ਸਾਰੇ ਲੈਪਰ ਦੇ ਵੀ ਖੇਡਦੇ ਸੀ ਕੁੜੀ ਵੱਡੀ ਬਸ ਅੰਦਰ ਸੀਗੀ ਕੁੜੀ ਇਹਦੀ ਇੱਕ ਅੰਦਰ ਸੀਗੀ ਉਹਨਾਂ ਨੂੰ ਡੰਡੇ ਨਾ ਭਾਜੀ ਚੱਪਲਾਂ ਨਾ ਇਹਨੇ ਕੁਰਸੀ ਚੱਕ ਲਏ ਘਰ 'ਚ ਕੈਮਰੇ ਲੱਗੇ ਆ ਭਾਜੀ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਮੇਰੀ ਸਾਲੀ ਆ ਜਿਹੜੀਆਂ ਸਾਰੀ ਮੇਰੀ ਬਾਸ਼ ਜਾਣੀ ਉਹਨਾਂ ਦੇ ਘੜੀਕੇ ਚੜੀ ਹੋਈ ਆ ਜੋ ਉਹ ਕਹਿੰਦੇ ਉਹੀ ਕਰੀ ਜਾਂਦੀ ਮੈਨੂੰ ਆਪਦਾ ਪਤਾ ਨਹੀਂ ਬਣੀ ਹਰ ਘਰ ਦੇ ਵਿੱਚ ਹਰ ਸੂਟ ਦਿੱਤਾ ਦੀ ਗੁੱਟਿਆ ਉਹ ਕਿਸ ਗੱਲ ਹੋ ਗਿਆ ਇਸ ਗੱਲ ਤੇ ਭਾਜੀ ਕਿਰਾਏਦਾਰ ਕਹਿੰਦਾ ਸੀ ਮੇਰੀ ਭੈਣ ਵੱਡੀ ਰੋਜੀ ਮੈਂ ਰਜਨੀ ਕਹਿੰਦਾ ਸੀ ਤੁਸੀਂ ਦੋਨੇ ਭੈਣਾਂ ਮਿਲੀਆਂ ਹੋਈਆਂ ਤੁਹਾਡੀ ਸਾਂਝ ਆ ਉਹ ਜਿਹੜਾ ਆਇਆ ਕਿਰਾਏਦਾਰ ਉਹ ਤੁਹਾਡਾ ਯਾਰ ਆ ਉਹ ਛੋਟੀ ਮੇਰੇ ਹੱਥੀ ਪੈ ਗਈ ਸਾਰਾ ਤੋਂ ਛੋਟੀ ਜਿਹੜੀ ਮੈਂ ਹੱਥੀ ਵਿਆਹ ਕੀਤੀ ਆ ਸਾਰੀਆਂ ਦੇ ਮੈਂ ਵੱਡਾ ਚਾਰ ਸਾਲੀਆਂ ਮੇਰੇ ਸਾਰੇ ਦੇ ਵਿਆਹ ਕੀਤੇ ਆ ਪਰ ਉਹ ਹੁਣ ਗੱਲਾਂ ਹੋਰ ਹੀ ਬਣਾਈ ਜਾਂਦੇ ਆ ਉਹ ਬਦਨਾਮ ਕਰ ਲਈ ਤੁਹਾਨੂੰ ਪਤਾ ਹੀ ਆ ਗੱਲ ਹੋਈ ਸੀ ਅੱਜ ਲੰਬਰ ਸਾਹਿਬ ਪੁਰੀ ਸਾਡਾ ਜੀਜਾ ਲੱਗ ਰਿਹਾ ਅਤਿਆਚਾਰ ਸਾਡੇ ਤੇ ਬਹੁਤ ਜ਼ਿਆਦਾ ਕਰਦਾ ਸ਼ੁਰੂ ਤੋਂ ਲੈ ਕੇ ਉਹਦਾ ਇਹੀ ਕੰਮ ਆ ਜਦ ਦਾ ਵਿਆਹ ਹੋਇਆ ਉਹਦਾ ਇਹੀ ਕੰਮ ਆ ਮਾਰ ਕਟਾ ਸ਼ੱਕ ਬਹਿਮ ਕੁੜੀ ਮੇਰੀ ਭੈਣ 14 ਸਾਲ ਵਿਆਹ ਨੂੰ ਹੋ ਗਏ ਲੰਬਰ ਦੀ ਬੋਟੀ ਜੋਤ ਜਗਾਨ ਨਹੀਂ ਭਾਜੀ ਜਾ ਸਕਦੀ ਬਾਥਰੂਮਾਂ 'ਚ ਬੰਦੇ ਨੇ ਕੈਮਰੇ ਲਵਾਏ ਹੋਏ ਬੈੱਡ 'ਤੇ ਕੈਮਰੇ ਲਵਾਏ ਭਾਜੀ ਬੱਚੇ ਸੌਂਦੇ ਸ਼ਰਮ ਕਰਦੇ ਬੱਚੇ ਮੇਰੇ ਪਾਪਾ ਨੇ ਸਾਡੇ ਸਾਨੂੰ ਕੈਮਰੇ ਲਵਾਏ ਇਹ ਬੰਦੇ ਨੇ ਸਾਡਾ ਇੰਨਾ ਬੁਰਾ ਹਾਲ ਕੀਤਾ ਸਾਡੀ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਭਾਜੀ ਇਹਦੇ ਦੁੱਖਾਂ ਨਾਲ ਹਰ ਕਿਸੇ ਨੂੰ ਅੱਜ ਕੀ ਗੱਲ ਹੋਈ ਸੀ ਹਰ ਕਿਸੇ ਨੂੰ ਮਾਰਦਾ ਅੱਜ ਭਾਜੀ ਇਹ ਹੋਇਆ ਅੱਜ ਇਹ ਬੰਦੇ ਨੇ ਲੈਂਬਰ ਦੀ ਕੁੜੀ ਮੈਨੂੰ ਫੋਨ ਕੀਤਾ ਮਾਸੀ ਮੈਂ ਡੋਨਟ ਬਣਾਏ ਇੱਧਰ ਆ ਜਾਓ ਮੈਂ ਦੂਜੀ ਗਲੀ 'ਚ ਰਹਿੰਦੀ ਹਾਂ ਮੇਰੀ ਵੀ ਛੋਟੀ ਬੇਟੀ 5 ਸਾਲ ਦੀ ਮੈਂ ਉਸੇ ਵੇਲੇ ਘਰ ਆਈ ਹਾਂ ਤਾਂ ਮੇਰੀ ਛੋਟੀ ਭੈਣ ਆਈ ਹੈ ਉਹਨੂੰ ਟਾਈਫਾਇਡ ਹੋਇਆ 1.5 ਮਹੀਨਾ ਹੋ ਗਿਆ ਇੱਥੇ ਆਈ ਛੋਟੀ ਭੈਣ ਨੂੰ ਅਸੀਂ ਤਿੰਨੇ ਭੈਣਾਂ ਇਕੱਠੀਆਂ ਸੀ ਜਦੋਂ ਖੋਜਦੀਆਂ ਇਕੱਠੀਆਂ ਬਹੁਤ ਜੈਲਸ ਕਰਦਾ ਇਕੱਠੀਆਂ ਬੈਠੀਆਂ ਸੀ ਕਹਿੰਦਾ ਫੋਨ ਕੀਤਾ ਸਾਨੂੰ ਨਹੀਂ ਕੋਈ ਬੱਚਿਆਂ ਨੇ ਪਹਿਲਾਂ ਹਾਸਾ ਮਜ਼ਾਕ ਗੱਲ ਕੀਤੀ ਉਸ ਤੋਂ ਬਾਅਦ ਭਾਜੀ ਇਹਨਾਂ ਦੀ ਆਹਮਣੇ ਸਾਹਮਣੇ 2 ਕੋਠੀਆਂ ਜਿੱਥੇ ਇਹ ਰਹਿੰਦੇ ਉੱਥੇ ਸਾਹਮਣੇ 1 ਕੋਠੀ ਹੈ ਸਾਹਮਣੇ ਕੋਠੀ ਉੱਥੇ ਭਾਜੀ ਕੋਈ ਕਿਰਾਏਦਾਰ ਆ ਗਿਆ ਕਿਰਾਏਦਾਰ ਆ ਗਿਆ ਕੋਠੀ ਹੈਗੀ ਖਾਲੀ ਇਹਨੇ ਸਭ ਨੂੰ ਕਿਹਾ ਹੋਇਆ ਵੀ ਕਿਰਾਏ 'ਤੇ ਚੜਾਓ ਸਭ ਨੂੰ ਇਹਨੇ ਕਿਹਾ ਹੋਇਆ ਕੋਈ ਬੰਦਾ ਵਾ ਉੱਥੇ ਪ੍ਰੋਪਰਟੀ ਡੀਲਰ ਸਾਡੀ ਗਲੀ 'ਚ ਇਹਨੇ ਉਹਨੂੰ ਵੀ ਕਿਹਾ ਹੋਇਆ ਉਹ ਬੰਦੇ ਨੇ ਘਰੇ ਭੇਜ ਦਿੱਤੇ ਉਹ ਬੰਦੇ ਕਿਰਾਏਦਾਰ ਉਹ ਆਏ ਅਤੇ ਮੈਂ ਵੀ ਉੱਥੇ ਹੀ ਸੀ ਮੈਂ ਕਿਹਾ ਵੀ ਮੇਰੀ ਭੈਣ ਕਹਿੰਦੀ ਆ ਵੀ ਕੋਈ ਆਇਆ ਹੋਇਆ ਵਾ ਇਹ ਕੌਣ ਅਸੀਂ ਨਾ ਖਿੜਕੀ ਤੋਂ ਦਰਾਓ ਖਿੜਕੀ ਖੁੱਲ੍ਹੀ ਸੀ ਹਵਾ ਚੱਲਦੀ ਸੀ ਮੈਂ ਭੈਣ ਨੂੰ ਕਿਹਾ ਮੈਂ ਕਿਹਾ ਬੰਦ ਕਰ ਦੇ ਰਾਤ ਨੂੰ ਸ਼ਰਾਬ ਪੀ ਕੇ ਫਿਰ ਤੁਹਾਡੇ ਦੁਆਲੇ ਆਊਗਾ ਉਹ ਬੰਦ ਹੀ ਕਰਨ ਗਈ ਆ ਅਤੇ ਇੰਨੇ ਨੂੰ ਉਹ ਬੰਦੇ ਆ ਗਏ ਜਿਨ੍ਹਾਂ ਨੇ ਕਿਰਾਏ 'ਤੇ ਲੈਣੇ ਸੀ ਮਕਾਨ ਉਹ ਆਏ ਕਿਰਾਇਆ ਪੁੱਛਣ ਲੱਗ ਪਏ ਇਹ ਕਹਿੰਦੀ ਮੈਂ ਆਪਣੀ ਭੈਣ ਨੂੰ ਪੁੱਛਿਆ ਹੋਇਆ ਕਿ ਕੌਣ ਕਹਿੰਦੀ ਤੇਰੇ ਜੀਜੇ ਨੇ ਭੇਜੇ ਹੋਣੇ ਬੰਦੇ ਇੰਨੀ ਗੱਲ ਹੋਈ ਹੈ ਅਤੇ ਕਹਿੰਦੇ ਉਹ ਪੁੱਛਣ ਲੱਗ ਪਏ ਕਿਰਾਇਆ ਦੱਸੋ ਸਾਨੂੰ ਉਹ ਅਸੀਂ ਤੁਹਾਨੂੰ ਬੰਦੇ ਵੀ ਦਿਖਾ ਦੇਵਾਂਗੇ ਉਹ ਪੁੱਛਣ ਲੱਗ ਪਏ ਸਾਨੂੰ ਕਿਰਾਇਆ ਦੱਸੋ ਇੰਨੀ ਗੱਲ ਹੋਈ ਕਿਰਾਇਆ ਉਹਨਾਂ ਨੂੰ ਦੱਸਿਆ ਅਸੀਂ ਅੰਦਰ ਆਏ ਹਾਂ ਅਸੀਂ ਵਿਹੜੇ 'ਚ ਬੈਠੀ ਹਾਂ ਨਿਆਣੇ ਥਰ ਥਰ ਕੰਬਣ ਜਦੋਂ ਇਹਦਾ ਫੋਨ ਆ ਜਾਂਦਾ ਥਰ ਥਰ ਕੰਬਦੇ ਆ ਬੱਚਿਆਂ ਨੇ ਪਿਸ਼ਾਬ ਵੀ ਪਿੱਛੇ ਕੁੜੀ ਨੇ ਕਰ ਦਿੱਤਾ ਫੋਨ ਆਇਆ ਕੁੜੀ ਨੂੰ ਕਹਿੰਦਾ ਕੁੜੀ ਨੇ ਇੱਦਾਂ ਫੋਨ ਲਾਇਆ ਹੋਇਆ ਕੰਨ ਨੂੰ ਕੁੜੀ ਨੂੰ ਕਹਿੰਦਾ ਅੱਜ ਬੰਦੇ ਦੀਆਂ ਧੀਆਂ ਤਾਂ ਕਹਿੰਦਾ ਇੱਥੇ ਰਹੀਓ ਕਹਿੰਦਾ ਆਪਣੀ ਮਾਸੀਆਂ ਨੂੰ ਇੱਥੇ ਰੱਖ ਕੁੜੀ ਨੂੰ ਕਹਿੰਦਾ ਕੁੜੀ ਨੇ ਨਾਲ ਹੀ ਭਾਜੀ ਪਿਸ਼ਾਬ ਪਜਾਮੇ 'ਚ ਕੀਤਾ ਕੰਬਲ ਲਾਫੀ ਉਹਦਾ ਅਸੀਂ ਪਜਾਮਾ ਚੇਂਜ ਕੀਤਾ ਆਇਆ ਭਾਜੀ ਮੈਨੂੰ ਨਹੀਂ ਪਤਾ ਛੋਟੇ ਬੱਚੇ ਮੇਰੀ ਬੇਟੀ ਛੋਟੀ 50 ਸਾਲਾਂ ਦੀ ਬੱਚੇ ਸਾਰੇ ਲੈਪਰ ਦੇ ਵੀ ਖੇਡਦੇ ਸੀ ਕੁੜੀ ਵੱਡੀ ਬਸ ਅੰਦਰ ਸੀਗੀ ਕੁੜੀ ਇਹਦੀ ਇੱਕ ਅੰਦਰ ਸੀਗੀ ਉਹਨਾਂ ਨੂੰ ਡੰਡੇ ਨਾ ਭਾਜੀ ਚੱਪਲਾਂ ਨਾ ਇਹਨੇ ਕੁਰਸੀ ਚੱਕ ਲਏ ਘਰ 'ਚ ਕੈਮਰੇ ਲੱਗੇ ਆ ਭਾਜੀ ਹਰ ਥਾਂ ਇਹ ਬੰਦੇ ਨੇ ਕੈਮਰਾ ਲਾਇਆ ਅੱਜ ਹੀ ਕੁੱਟ ਮਾਰ ਕੀਤੀ ਅੱਜ ਹੀ ਪਹਿਲਾਂ ਸ਼ੁਰੂ ਤੋਂ ਕਰਦਾ ਭਾਜੀ ਜਦ ਦੀ ਕੁੜੀ ਵਿਆਹੀ ਕਿਉਂ ਕਰਦਾ ਕਿਉਂ ਕੁੱਟ ਮਾਰ ਕਿਉਂ ਕਰਦਾ ਭਾਜੀ ਸ਼ੱਕ ਕਰਦਾ ਵਹਿਮ ਕਰਦਾ ਯਾਰ ਬਣਾਉਂਦਾ ਕਹਿੰਦਾ ਤੁਸੀਂ ਵਾ ਕੋਈ ਸਾਡਾ ਦੇਖੇ ਤਾਂ ਸਹੀ ਅਸੀਂ ਕਿੱਥੋਂ ਗਏ ਆਪਣੇ ਆਪਣੇ ਗਰੀਬਾਂ ਦੀਆਂ ਕੁੜੀਆਂ ਸਾਰੇ ਗਰੀਬਾਂ ਦੀਆਂ ਕੁੜੀਆਂ ਨਹੀਂ ਹੁੰਦੀਆਂ ਭਾਜੀ ਆਪਣੀਆਂ ਮਜਬੂਰੀਆਂ ਹੁੰਦੀਆਂ ਤੇ ਸਾਡੀ ਮਜਬੂਰੀ ਦਾ ਫਾਇਦਾ ਚੱਕਣਾ ਵੀ ਇਹਦਾ ਕੋਈ ਹੈ ਨਹੀਂ ਤੁਸੀਂ ਅੱਜ ਹੀ ਕਦਮ ਚੱਕਿਆ ਪੁੱਛ ਲੈ ਅੱਗੇ ਚੱਕਿਆ ਭਾਜੀ ਮਾਰਦਾ ਸੀ ਅੱਗੇ ਕਿਉਂ ਨਹੀਂ ਚੱਕਿਆ ਕਿੰਨੇ ਸਾਲ ਹੋ ਗਏ ਤਾਂ ਕਰ ਜਾਂਦੀ ਸੀ ਭੈਣ ਮੇਰੀ ਚੁੱਪ ਕਰ ਜਾਂਦੀ ਸੀ ਵੀ ਮੇਰੇ ਬੱਚੇ ਛੋਟੇ ਆ ਮੈਂ ਇਹਨਾਂ ਨੂੰ ਪਾਲਣਾ ਮੈਂ ਪਾਲਣਾ ਸਾਨੂੰ ਰੋਟੀ ਦਿੰਦਾ ਸ਼ੂਗਰ ਦੀ ਮਰੀਜ਼ ਆ ਭਾਜੀ ਬੜੀਆਂ ਹੀ ਬਿਮਾਰੀਆਂ ਲੱਗ ਗਈਆਂ 12-12 ਉਹਦੀ ਸ਼ੂਗਰ ਰਹਿ ਜਾਂਦੀ ਚੱਕਰ ਖਾ ਕੇ ਡਿੱਗ ਜਾਂਦੀ ਰਿਪੋਰਟਾਂ ਉੱਪਰ ਸਭ ਕੁਝ ਪਿਆ ਭਾਜੀ ਸਭ ਕੁਝ ਪਿਆ ਅੱਜ ਅਸੀਂ ਐਂਡ ਤੇ ਜਦੋਂ ਮੈਂ ਅੰਦਰ ਗਈ ਹਾਂ ਬੱਚੇ ਖੇਡਦੇ ਸੀ ਮੈਂ ਕਿਹਾ ਆਵਾਜ਼ਾਂ ਆਉਂਦੀਆਂ ਰੌਲਾ ਪੈਂਦਾ ਮੈਂ ਅੰਦਰ ਗਈ ਕੁੜੀ ਭੈਣ ਛੋਟੀ ਸਪਨਾ ਮੋਗੇ ਤੋਂ ਆਈ ਆ ਉਹਦੇ ਭਾਜੀ ਡੰਡਿਆਂ ਨਾਲ ਕਮਰੋੜ ਪਾਏ ਹੋਏ ਮਾਰ ਮਾਰ ਕੇ ਉਹਨੂੰ ਕੋਈ ਸੁੱਤ ਨਹੀਂ
मैं अंदर गई हूँ भैन छाया अपनिया मेरे पैर लगा क्या गाला करता मेरे वाल आया शेर बन के सारी उम्र सू सुटता आ गया मेरा घर वाला मेरे को सारी उम्र इन सारी हिस्टरी पता भाजी सिरा का गंदा ਸਿਰੇ ਦਾ ਗੰਦਾ ਸਾਨੂੰ ਵੀ ਕਹਿੰਦਾ ਸਾਡੇ ਨਾਲ ਯਾਰੀ ਪਾ ਜਿਹੜੀ ਤੁਹਾਡੀ ਸਾਨੂੰ ਵੀ ਕਹਿੰਦਾ ਵਾ ਸਿਸਟਰ ਨੂੰ ਅਜੀ ਕੁੱਟਿਆ ਉਹ ਕਿਸ ਗੱਲ ਰੁਕਿਆ ਇਸ ਗੱਲ ਤੇ ਭਾਜੀ ਕਿਰਾਏਦਾਰ ਕਹਿੰਦਾ ਸੀ ਮੇਰੀ ਭੈਣ ਵੱਡੀ ਰੋਜੀ ਮੈਂ ਰਜਨੀ ਕਹਿੰਦਾ ਸੀ ਤੁਸੀਂ ਦੋਨੇ ਭੈਣਾਂ ਮਿਲੀਆਂ ਹੋਈਆਂ ਤੁਹਾਡੀ ਸਾਂਝ ਆ ਉਹ ਜਿਹੜਾ ਆਇਆ ਕਿਰਾਏਦਾਰ ਉਹ ਤੁਹਾਡਾ ਯਾਰ ਆ ਕਹਿੰਦਾ ਤੁਸੀਂ ਉਹਨੂੰ ਰੱਖਣਾ ਵਾ ਤੇ ਤੁਹਾਡਾ ਉਹ ਯਾਰ ਬੈਲੀ ਆ ਇਹੀ ਗੱਲਾਂ ਕਰਦਾ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ ਭਾਜੀ 14 ਸਾਲ ਹੋ ਗਏ ਕਿੰਨੇ ਬੱਚੇ ਨੇ ਇਹਨਾਂ ਦੇ ਦੋ ਮੁੰਡੇ ਆ ਇੱਕ ਕੁੜੀ ਆ ਬੱਚਿਆਂ ਕੋ ਮੈਂ ਕਹਿੰਦੀ ਇਹਦੀ ਹਿਸਟਰੀ ਪੁੱਛ ਲਓ ਤੁਹਾਨੂੰ ਕੱਲੀ ਕੱਲੀ ਗੱਲ ਦੱਸਣਗੇ ਭਾਜੀ ਬੱਚੇ ਕਹਿੰਦੇ ਅਸੀਂ ਰਹਿਣਾ ਹੀ ਨਹੀਂ ਅੱਜ ਕੋਟ ਮਾਰ ਤੋਂ ਪੁਲਿਸ ਮਿਲਣ ਲਿਖਾਈ ਤੁਸੀਂ ਹਾਂਜੀ ਭਾਜੀ ਪੁਲਿਸ ਕੰਪਲੇਂਟ ਕਰਾਈ ਆਏ ਆ ਸਾਰੇ ਪੁਲਿਸ ਆਏ ਆ ਮੀਡੀਆ ਬੁਲਾਈ ਸਭ ਕੁਝ ਕੀਤਾ ਤੁਹਾਡੇ ਸਾਹਮਣੇ ਹੀ ਆ ਮੇਰਾ ਵੀ ਸਭ ਕੁਝ ਹੋਇਆ ਉਹਦੇ ਸਿਰ ਤੇ ਉਹਨੂੰ ਕੋਈ ਸੁਰਤ ਨਹੀਂ ਹੈਗੀ ਕੁੜੀ ਨੂੰ ਤੇ ਅੱਜ ਭਾਜੀ ਜੋ ਵੀ ਆ ਸਾਡਾ ਨਪਟਾ ਕੀ ਮੰਗ ਕਰਦੇ ਤੁਸੀਂ ਮੰਗ ਭਰਾਵਾ ਇਹੀ ਕਰਦੇ ਨਪਟਾ ਕਰ ਦੋ ਸਾਡਾ ਨਪਟਾ ਕਰ ਦੋ ਇਹ ਬੰਦੇ ਨੂੰ ਇੱਕ ਵਾਰੀ ਅਕਲ ਆ ਜਾਵੇ ਗਰੀਬਾਂ ਦਾ ਵੀ ਕੋਈ ਹੁੰਦਾ ਮੇਰਾ ਵੀ 24 ਘੰਟੇ ਪੈਸੇ ਦੇ ਕੇ ਅੰਦਰ ਸਾਰੇ ਗੱਦੀ ਕੰਮ ਕਰਾ ਲੈਂਦਾ ਬਹੁਤ ਥਾਣੇ ਵਿਚਾਰੀਆਂ 'ਚ ਪਹਿਲਾਂ ਵੀ ਸਾਡੀਆਂ ਨੇ ਫੋਟੋ ਖਿਚਾਈਆਂ ਤੇ ਗਰੀਬ ਜੀ ਨਾ ਭਾਜੀ ਮਾਂ ਪਿਓ ਨੂੰ ਬਾਹਰ ਬਿਠਾ ਦਿੰਦਾ ਸੀ ਸਾਨੂੰ ਸਾਰੀ ਸਾਰੀ ਰਾਤ ਬਾਹਰ ਬਿਠਾ ਦਿੰਦਾ ਆਜੋ ਜੀ ਤੁਹਾਡੀ ਕੁੜੀ ਦਾ ਫੈਸਲਾ ਕਰਨਾ ਅੱਜ ਆਜੋ ਜੀ ਤੁਹਾਡੀ ਕੁੜੀ ਦਾ ਫੈਸਲਾ ਕਰਨਾ ਬੰਦੇ ਬੁਲਾ ਲੈਂਦਾ ਸੀ ਸਭ ਨੂੰ 5-5, 6-6, 6-6 ਸੌ ਰੁਪਈਆ ਦੇ ਕੇ ਭਾਜੀ ਬਸ ਸਾਡੇ ਇੱਕ ਵਾਰੀ ਗਲੇ 'ਚ ਇਹਨੇ ਟੈਗ ਪਾ ਕੇ ਭਾਜੀ ਫੋਟੋਆਂ ਖਿਚਾਈਆਂ ਕਹਿੰਦਾ ਕਹੋ ਤੁਸੀਂ ਗੁਨਾਹਗਾਰ ਆ ਸਾਡੇ ਗਲੇ 'ਚ ਟੈਗ ਪਾ ਦਿੱਤੇ ਸੀ ਮੇਰੀ ਥਾਣੇ ਦੇ ਅੰਦਰ ਹੋਇਆ ਥਾਣੇ ਘਰੇ ਗਲੇ 'ਚ ਸਾਡੇ ਕਹਿੰਦਾ ਫੋਟੋਆਂ ਹਾਂਜੀ ਨਾ ਦੱਸੋ ਜੀ ਰਜਨੀ ਐਦਾਂ ਪੁੱਛਦੇ ਸੀ ਭਾਜੀ ਪੁਲਿਸ ਵਾਲੇ ਇਹ ਬੰਦੇ ਨੇ ਸਾਡੀ ਉਦੋਂ ਵੀ ਬਹੁਤ ਲਾਪਾ ਕੀਤੀ ਭਾਜੀ ਬਹੁਤ ਕਰਦਾ ਐਪ ਦੀ ਨਿਆ ਕਰ ਦੋ ਮੇਰਾ ਵੀ ਅੜਿੱਕੇ ਚੜੀ ਹੋਈ ਆ ਜੋ ਉਹ ਕਹਿੰਦੇ ਉਹੀ ਕਰੀ ਜਾਂਦੇ ਮੈਨੂੰ ਆਪਦਾ ਪਤਾ ਨਹੀਂ ਕੋਈ ਹਰ ਘਰ ਦੇ ਵਿੱਚ ਹਰ ਸਹੂਲਤ ਆ ਬਾਹਰ ਅੰਦਰ ਵੀ ਲੈ ਕੇ ਜਾਂਦਾ ਸਾਰਾ ਮੇਰੇ ਫੇਸਬੁੱਕ ਤੇ ਪਿਆ ਲੱਖਾਂ ਰੁਪਈਆ ਮੈਂ ਖਰਾਬ ਨਹੀਂ ਕੀਤੇ ਮੈਂ ਆਪਣੇ ਬੱਚਿਆਂ ਤੇ ਲਾਏ ਮੈਂ ਉਹਨਾਂ ਲਈ ਜਾਨ ਵਾਰ ਸਕਦਾ ਮੇਰੀ ਕੋਠੀ ਕਿਰਾਏ ਤੇ ਚੜ੍ਹਨੀ ਸੀਗੀ ਮੈਂ ਲੱਕੀ ਭਾਈ ਨੂੰ ਕਿਹਾ ਕਿ ਧੰਮਨ ਭਾਜੀ ਆ ਜਿਹਨੇ ਪਹਿਲਾਂ ਚੜ੍ਹਾਈ ਸੀ ਸਰ ਬੰਦ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਠੀ ਕਿਰਾਏ ਤੇ ਚਾੜ੍ਹ ਦਿਓ ਜੀ ਇਹਨਾਂ ਨੇ ਬੰਦੇ ਨੇ ਭੇਜੇ ਬੰਦੇ 4-5 ਅੰਦਰ ਵੜ ਗਏ ਮੈਂ ਦਫ਼ਤਰ ਬੈਠਿਆ ਆਪਦੇ ਕੈਮਰੇ 'ਚ ਦੇਖ ਲਿਆ ਮੈਂ ਵਾਈਫ ਨਾਲ ਗੱਲ ਕੀਤੀ ਵੀ ਇਹ ਕੌਣ ਸੀ ਕਹਿੰਦੇ ਵੀ ਮੈਨੂੰ ਨਹੀਂ ਪਤਾ ਮੈਂ ਕਿਹਾ ਵੀ ਤੁਸੀਂ ਇਹ ਬਿਨਾਂ ਪੁੱਛੇ ਤੋਂ ਨਹੀਂ ਕਰਨਾ ਚਾਹੁੰਦੇ ਮੈਨੂੰ ਫੋਨ ਕਰ ਲੈਂਦੇ ਲੈ ਇੰਨੀ ਗੱਲ ਹੋਈ ਆ ਮੈਂ ਘਰ ਆਇਆ ਮੈਂ ਕਿਹਾ ਵੀ ਕਿਉਂ ਕੀਤੀ ਉਹ ਛੋਟੀ ਮੇਰੇ ਹੱਥੀ ਪੈ ਗਈ ਸਾਰਾ ਤੋਂ ਛੋਟੀ ਜਿਹੜੀ ਮੈਂ ਹੱਥੀ ਵਿਆਹ ਕੀਤੇ ਆ ਸਾਰੀਆਂ ਦੇ ਮੈਂ ਵੱਡਾ 4 ਸਾਲੀਆਂ ਮੇਰੇ ਸਾਰੇ ਦੇ ਵਿਆਹ ਕੀਤੇ ਆ ਪਰ ਉਹ ਹੁਣ ਗੱਲਾਂ ਹੋਰ ਹੀ ਬਣਾਈ ਜਾਂਦੇ ਆ ਉਹ ਬਦਨਾਮ ਕਰ ਲਈ ਤੁਹਾਨੂੰ ਪਤਾ ਹੀ ਆ ਜੋ ਕੀ ਗੱਲ ਚਾਹੀਦੀ ਤੁਹਾਡੇ ਨੇ ਉਹਨਾਂ ਨੂੰ ਦਰਗਾ ਜਿਹੜੇ ਕੱਪੜੇ ਕੁੱਪੜੇ ਵੀ ਤੁਹਾਡੇ ਫਾੜੇ ਹੋਏ ਕੋਈ ਕੋਈ ਹੱਥੀ ਪੈ ਗਈਆਂ 3 ਜਣੇ ਮੈਂ ਤਾਂ ਧੱਕੇ ਨਾਲ ਬਾਹਰ ਕੱਢ ਕੇ ਅੰਦਰੋਂ ਕੁੰਡਾ ਲਾਇਆ ਪਾਪਾ ਜੀ ਮੇਰੇ ਬਿਮਾਰ ਆ ਪਾਪਾ ਜੀ ਬਿਮਾਰ ਆ ਰੋਜ਼ ਹਸਪੀਟਲ ਲੈ ਕੇ ਜਾਂਦਾ ਰੀਜ਼ਨ ਕੀ ਲੜਾਈ ਝਗੜੇ ਦਾ ਰੀਜ਼ਨ ਕੁਛ ਵੀ ਨਹੀਂ ਯਾਰ ਪਹਿਲਾਂ ਤੋਂ ਸ਼ੁਰੂ ਤੋਂ ਲੈ ਕੇ ਮੇਰਾ ਸਾਂਢੂ ਤਾਂ ਮੇਰੀ ਸਾਲੀ ਜਿਹੜੀ ਰਜਨੀ ਤੇ ਬਨੀ ਤੇ ਰੋਮਾ ਜਿਹੜੀ ਸਾਲੀ ਮੇਰੀ ਉਹ ਕੈਨੇਡਾ ਚਲ ਗਿਆ ਇਹਨਾਂ ਦੀ ਮੈਜੋਰਟੀ ਸੀ ਮੈਨੂੰ ਕੁਛ ਨਹੀਂ ਦੱਸਦੇ ਸੀ ਕੀ ਹੁੰਦਾ ਕੀ ਨਹੀਂ ਹੁੰਦਾ ਮੈਂ ਜਦੋਂ ਘਰੋਂ ਚੱਲ ਜਾਂਦੇ ਉਦੋਂ ਇਹ ਆ ਜਾਂਦੀ ਠੀਕ ਹੈ ਉਦੋਂ ਇਹ ਆਉਂਦੀਆਂ ਨੇ ਮੈਨੂੰ ਬੁਲਾਉਂਦੇ ਨਹੀਂ ਕੋਈ ਠੀਕ ਹੈ ਹੁਣ ਮੈਂ ਆਇਆ ਤਾਂ ਸਾਰੇ ਘਰ ਸੀ ਮੈਂ ਆ ਕੇ ਪੁੱਛਿਆ ਵੀ ਬਿਨਾਂ ਗੱਲ ਤੋਂ ਅੰਦਰ ਨਹੀਂ ਵਾੜੀ ਦੇ ਬੰਦੇ ਕੋਈ ਕੀ ਪਤਾ ਕੋਈ ਬੱਚੇ ਨੂੰ ਚੱਕ ਕੇ ਲੈ ਜਾ ਕੋਈ ਅਭੀ ਨਾ ਭੇਜ ਇੰਨੀ ਗੱਲ ਕੀਤੀ ਉਹਨੇ ਮੇਰੇ ਚਪੇੜ ਮਾਰਦੀ ਸਾਰਾ ਛੋਟੀ ਨੇ ਠੀਕ ਹੈ ਉਹ ਮੇਰੇ ਹੱਥੀ ਪੈ ਗਿਆ ਮੈਂ ਸਿਰਫ ਧੱਕੇ ਨਾਲ ਬਾਹਰ ਕੱਢਿਆ ਮੈਂ ਪਾਪਾ ਜੀ ਨੂੰ ਕਿਹਾ ਤੁਸੀਂ ਇੱਧਰ ਹੋ ਜਾਓ ਤੁਸੀਂ ਡਿੱਗ ਨਾ ਜਾਓ ਠੀਕ ਹੈ ਧੱਕੇ ਨਾਲ ਬਾਹਰ ਕੱਢ ਕੇ ਫਿਰ ਮੈਂ ਅੰਦਰੋਂ ਕੁੰਡਾ ਲਾਇਆ ਮੈਂ ਆਪਣਾ ਬਚਾ ਕੀਤਾ ਆਹ ਹੀ ਗੱਲ ਆ ਹੋਰ ਤਾਂ ਕੋਈ ਗੱਲ ਹੀ ਨਹੀਂ